ਤੁਹਾਡਾ ਕੀ ਗੱਲ ਹੋਈ ਆ? ਮੈਂ ਹੈਗਾ ਜੀ ਸਰਦਾਰ ਬਲਦੇਵ ਸਿੰਘ। ਘਰੋਂ ਮੇਰੇ ਘਰ ਦੇ ਮਤਲਬ ਨਾਰਾਜ਼ ਹੋ ਗਏ, ਮਤਲਬ ਚਲ ਗਏ ਆ ਲਾਪਤਾ ਵਾ। ਅਤੇ ਮਤਲਬ ਜਿੱਥੇ ਵੀ ਹੈਗੇ, ਮੈਂ ਦੇਸ਼ ਵਾਸੀਆਂ ਅੱਗੇ ਮੇਰੀ ਅਰਦਾਸ ਬੇਨਤੀ ਆ ਵੀ ਉਹ ਜਿੱਥੇ ਵੀ ਹੈਗੇ ਨੂੰ ਮਤਲਬ ਉਹਨਾਂ ਦੀ ਜਿੱਥੇ ਵੀ ਕਦੇ ਜਾਣਕਾਰੀ ਮਿਲਦੀ ਹੈ ਮੈਨੂੰ ਦੱਸਣ। ਰੋਟੀ ਪਾਣੀ ਦੀ ਬੜੀ ਹਨ ਤੰਗੀ ਆ। ਹੋਇਆ ਇਹੋ ਜਿਹੀ ਜੀ, ਸਾਰੇ ਮਤਲਬ ਘਰੋਂ ਚਲ ਗਏ ਆ, ਮਾੜੀ ਗੱਲ 'ਤੇ ਨਾਰਾਜ਼ ਹੋ ਗਏ ਉਹਨਾਂ ਦੇ। ਮਤਲਬ ਲੱਕ ਮਤਲਬ ਘਰੋਂ ਚਲ ਗਏ ਹੈਗੇ ਉਹ, ਅਤੇ ਦੱਸ ਕੇ ਨਹੀਂ ਗਿਆ ਮੈਂ ਡਿਊਟੀ 'ਤੇ ਹੈਗਾ ਹਾਂ। ਅਤੇ ਚਲ ਗਏ, ਮੁੜ ਕੇ ਵਾਪਸ ਨਹੀਂ ਆਏ। ਬਹੁਤ ਉਹਨਾਂ ਦੀ ਮਰਜ਼ੀ ਕੀਤੀ, ਨਹੀਂ ਲੱਭੇ ਕਦੇ। ਥਾਣੇ 'ਚ ਰਿਪੋਰਟ ਵੀ ਲਿਖਾਈ ਆ, ਤਾਂ ਵੀ ਉਹਨਾਂ ਦਾ ਕੋਈ ਪਤਾ ਲੱਗਾ। ਅਤੇ ਅਸੀਂ ਹੁਣ ਪਰੇਸ਼ਾਨ ਹੈ, ਜਾਣਕਾਰੀ ਮਿਲਦੀ ਹੈ ਅਤੇ ਮਤਲਬ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ। ਨਾਮ ਲਵਜੀਤ ਸਿੰਘ ਹੈ, ਮੇਰੇ ਮਾਤਾ ਦਾ ਨਾਮ ਸੰਜੀਤ ਕੌਰ ਆ। ਉਹ ਘਰੋਂ ਦਵਾਈ ਲੈਣ ਗਏ ਸੀ ਅਤੇ ਉਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ, ਅਤੇ ਕਿਸੇ ਵੀ ਵੀਰ ਭਰਾ ਨੂੰ ਕਿਸੇ ਨੂੰ ਵੀ ਪਤਾ ਚੱਲੇ ਅਤੇ ਉਹ ਤੁਰੰਤ ਸਾਨੂੰ ਜਾਣਕਾਰੀ ਦਿੱਤੀ ਜਾਵੇ, ਬਹੁਤ ਧੰਨਵਾਦੀ ਹੋਵਾਂਗੇ। ਮੈਂ ਦਲਵੀਰ ਸਿੰਘ, ਭਰਜਾਈ ਸਾਡੀ ਸੁਰਜੀਤ ਕੌਰ, ਉਹਨੂੰ ਢੂੰਡਣ ਦੀ ਕੋਸ਼ਿਸ਼ ਹਾਂ ਬਹੁਤ ਜ਼ਿਆਦਾ ਕਰ ਚੁੱਕੇ ਹਾਂ, ਪਰ ਕਿਤੇ ਮਿਲਦੀ ਕੋਈ ਸੰਭਾਵਨਾ ਨਹੀਂ। ਜੇ ਕਿਸੇ ਵੀਰ ਭਰਾ ਭੈਣ ਸੱਜਣ ਮਿੱਤਰ ਨੂੰ ਇਹ ਖਬਰ ਤੋਂ ਪਤਾ ਲੱਗੇ ਅਤੇ ਸਾਨੂੰ ਇਹ ਜਾਣਕਾਰੀ ਦੇ, ਬਹੁਤ ਧੰਨਵਾਦੀ ਹੋਵਾਂਗੇ। ਮੋਬਾਈਲ ਨੰਬਰ? ਹਾਂ, ਮੇਰਾ ਮੋਬਾਈਲ ਨੰਬਰ ਪਿੰਡ ਘਨੂਪੁਰ ਕਾਲੇ ਦੱਸਣਾ ਵੇਲੇ ਕਾਲੇ ਪਿੰਡ ਕਾਲੇ ਘਨੂਪੁਰ ਛਿਆਟਾ। ਮੇਰਾ ਮੋਬਾਈਲ ਨੰਬਰ 9914161617 'ਤੇ ਸੂਚਿਤ ਕੀਤਾ ਜਾਵੇ। ਕਿੰਨੀ ਸੇਵਾ ਕਰਦੀ ਹੋ ਦੱਸਿਓ? ਹਾਂਜੀ, ਕੀ ਨਾਮ ਜੀ? ਸਰਦਾਰ ਬਲਦੇਵ ਸਿੰਘ, ਮੈਂ ਪਿੰਡ ਘਨਪੁਰ ਕਾਲੇ ਤੋਂ ਮੈਂ ਬੋਲਦਾ ਵਾਂ। ਮੇਰੀ ਘਰ ਦੀ ਬੀਬੀ ਸੁਰਜੀਤ ਕੌਰ ਘਰੋਂ ਦਵਾਈ ਲੈਣ ਗਏ ਆ ਅਤੇ ਵਾਪਸ ਨਹੀਂ ਆਏ। ਅਸੀਂ ਉਦੋਂ ਤੋਂ ਬਹੁਤ ਪਰੇਸ਼ਾਨ ਹਾਂ ਅਤੇ ਅਸੀਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਆ। ਹਰਿਮੰਦਰ ਸਾਹਿਬ, ਬਾਬਾ ਬੁੱਢਾ ਸਾਹਿਬ, ਜੋ ਵੀ ਮਤਲਬ ਸ਼ਹਿਰ ਦੇ ਲਾਗੇ ਲਾਗੇ ਲੱਭਣ ਦੀ ਕੋਸ਼ਿਸ਼ ਕੀਤੀ ਆ, ਸਾਨੂੰ ਕਿਤੇ ਨਹੀਂ ਮਿਲਣ ਡਿਆ। ਅਸੀਂ ਥਾਣੇ ਰਿਪੋਰਟ ਵੀ ਲਿਖਾਈ ਆ, ਥਾਣੇ ਵਾਲੇ ਵੀ ਕੋਈ ਸਾਡੀ ਮਤਲਬ ਸੁਣਾਈ ਨਹੀਂ ਕਰਨ ਡਿਆ, ਨਾ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਨਾ ਸਾਨੂੰ ਉਹਨਾਂ ਨੇ ਕਿਹਾ ਵੀ ਫੋਟੋ ਫਾਟੋ ਦੋ ਇਹਦੀਆਂ। ਅਸੀਂ ਜਾਂਦੇ ਹਾਂ ਅਤੇ ਸਾਨੂੰ ਉਂਝ ਟਾਲ ਦਿੰਦੇ ਆ। ਅਤੇ ਮੈਂ ਸਾਰੇ ਦੇਸ਼ ਵਾਸੀਆਂ ਅੱਗੇ ਅਰਦਾਸ ਬੇਨਤੀ ਕਰਦਾ ਵੀ ਜਿੱਥੇ ਵੀ ਕਿਤੇ ਉਹਨਾਂ ਦੀ ਜਾਣਕਾਰੀ ਮਿਲਦੀ ਆ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ। ਮੈਂ ਬਹੁਤ ਪਰੇਸ਼ਾਨ ਹਾਂ, ਮੇਰੇ ਬੱਚੇ ਪਰੇਸ਼ਾਨ ਹੈਗੇ ਆ, ਰੋਟੀ ਪਾਣੀ ਦੀ ਬਹੁਤ ਤੰਗੀ ਹੈਗੀ, ਮੁਸ਼ਕਲ ਹੈਗੀ ਆ। ਅਤੇ ਮੈਂ ਬੇਨਤੀ ਕਰਦਾ ਵਾਂ ਜਨਤਾ ਦੇ ਅੱਗੇ ਵੀ ਜਿੱਥੇ ਵੀ ਕਦੇ ਹੈਗੇ ਆ ਅਤੇ ਉਹਨਾਂ ਦੀ ਕਿਹਨੂੰ ਵੀ ਜਾਣਕਾਰੀ ਮਿਲਦੀ ਹੈ ਅਤੇ ਸਾਨੂੰ ਮਤਲਬ ਦੱਸਣ ਦੀ ਕੋਸ਼ਿਸ਼। ਲੜਕੇ ਨਹੀਂ ਗਏ? ਨਹੀਂ, ਲੜਕੇ ਨਹੀਂ ਗਏ ਹੈਗੇ, ਕੋਈ ਗੱਲਬਾਤ ਨਹੀਂ ਹੋਈ ਜੇ। ਬਸ ਇਹੋ ਵੀ ਮੈਂ ਡਿਊਟੀ 'ਤੇ ਗਿਆ ਹਾਂ ਅਤੇ ਮਗਰੋਂ ਮਤਲਬ ਚਲੇ ਗਏ ਹੈਗੇ ਉਹ, ਅਤੇ ਲੱਭਣ ਦੀ ਕੋਸ਼ਿਸ਼ ਕਰਨ ਡਿਆ, ਕਿਤੇ ਨਹੀਂ ਲੱਭਣ ਡਿਆ ਸਾਨੂੰ। ਕਿੰਨੇ ਦਿਨ ਹੋ ਗਏ ਆ? 2.5 ਮਹੀਨੇ ਹੋ ਗਏ ਜੀ। 2.5 ਮਹੀਨੇ ਜਿਹੜਾ ਫੋਨ ਆਇਆ ਹੋਵੇ? ਕੋਈ ਫੋਨ ਨਹੀਂ ਆਇਆ ਸਰ। ਹਾਂ, ਲੱਭਣ ਦੀ ਕੋਸ਼ਿਸ਼ ਕੀਤੀ, ਸਾਰੇ ਭੈਣ ਭਰਾ ਦੇ ਸਹੁਰੇ ਵੀ ਆਪਣੇ ਪਤਾ ਕੀਤਾ, ਸਾਰਿਆਂ ਦੇ ਜਿੱਥੇ ਵੀ ਰਿਸ਼ਤੇਦਾਰ ਆ ਗਏ ਸਾਰੇ ਪਤਾ ਕੀਤਾ, ਕਿਤੇ ਵੀ ਸਾਨੂੰ ਉਹਨਾਂ ਦਾ ਪਤਾ ਨਹੀਂ ਲੱਗਣ ਡਿਆ ਹੈਗਾ।
तो जिते भी कि वीर नूं जानकारी मिलती है दसण की कोशिश की जाए। बहुत परेशान है ये, साडा बड़ी मुश्किल घर की तंगी सानू। हाँ जी भी की नाम तुहाडा? लवदीप सिंह। लवदीप जी की गल हुई है? मेरे माता जी ना घरों दवाई लैन गए थे, ठीक नहीं सी, ते ओ बाजो वापस नहीं आए, ते असीं जांच पड़ताल कर रहे हैं, असीं ड्यूटी ते हाँ, ते कोई फोन वगैरह भी नहीं आया, ते इस करके अं सारे नूं अपील करते हैं। की नाम, उम्र किन्नी है? उम्र उन्हां दी 47 साल, 40 साल दे करीब हैगी है, ते ओ घरों चल गया, ते जे किसी नूं पता लगे ते छेती छेती दस्सिया जावे। किन्ने दिन हो गए? किन्ने दिन हो गए? 2.5 महीने हो गए हैं। लभण दी कोशिश कीती? हाँ जी, अं अपने नानके वगैरह हर कि दादके हर कि फोन किया वा, सारे रिश्तेदार फोन किया वा, पर किसी को नहीं पहुँचे, तो असं पता कर रहे हैं। तो मेरा कॉन्टैक्ट नंबर है, हाँ जी थाने दरखास्त दी है, तो उन्होंने वाले कोई इन्नी मतलब पुछ गिछ थोड़ी की नहीं गई जाँच पड़ताल। की लगता थोड़ी मम्मी किसे लगी? हूँ सर अजे तक तो पता नहीं चल रहा, तो घरों से ठीक नहीं, दवाई वगैरह लैन गए थे। की घर के हालात? घर हालात ठीक से, रोटी पानी वैसे चल रहा है, मतलब कोई इदा की गलबात नहीं। की मांग करते हो? सानू यो भी सर साडे माता ने खेती खेती ला के दिता जाए। तो अपना मोबाइल मेरा एड्रेस बोल दो। एड्रेस साडा पिंड काले घनपुर नियर छियाटा, मोबाइल नंबर मेरा है 99140-1617-17, तो मेरे पापा का नंबर है 78371-43-543, तो इस नंबर सानू सूचित किया है। हूँ पापा वा मेरी सिस्टर है, तो दो ब्रदर। ਕਿੱਦਾਂ ਰੋਟੀ ਪਾਣੀ ਕਿੱਦਾਂ ਚੱਲਦਾ ਹੋਊਗਾ ਤਾਂ? ਸਰ ਸਾਰੀ ਇੱਦਾਂ ਰਲ ਮਿਲ ਕੇ ਕਰ ਲਈਦਾ। ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਕਾਲੇ ਘਨੂਪੁਰ ਥਾਣਾ ਛਾਟਾ ਅੰਮ੍ਰਿਤਸਰ ਵੱਲੋਂ ਇੱਕ ਦਰਖਾਸਤ ਸਾਨੂੰ ਮਿਲੀ ਸੀ, ਜੋ ਉਹਨਾਂ ਨੇ ਕਿਹਾ ਸੀ ਕਿ ਮੇਰੀ ਲੜਕੀ ਅਮਨਦੀਪ ਕੌਰ ਉਮਰ 25 ਸਾਲ ਅਤੇ ਮੇਰੀ ਪਤਨੀ ਉਮਰ ਕਰੀਬ 45-46 ਸਾਲ ਜੋ ਘਰੋਂ ਬਿਨਾਂ ਦੱਸੇ ਪੁੱਛੇ ਚਲੀਆਂ ਗਈਆਂ ਸਨ, ਉਸ ਸੰਬੰਧ ਵਿੱਚ ਆਪਾਂ ਜਿਹੜਾ ਵਾ ਉਹ ਲੜਕੀ ਜਿਹੜੀ ਆ ਉਸਦੀ ਅਮਨਦੀਪ ਕੌਰ ਉਮਰ 25 ਸਾਲ ਉਹ ਲੁਧਿਆਣੋਂ ਜਿਹੜੀ ਆ ਉਹ ਮਿਲ ਗਈ ਆ, ਜਿਸ ਨੇ ਦੱਸਿਆ ਕਿ ਮੈਂ ਅਤੇ ਮੇਰੀ ਮਾਂ ਦੋਨੋਂ ਇਕੱਠੀਆਂ ਘਰੋਂ ਗਈਆਂ ਸੀਗੀਆਂ, ਅਤੇ ਮੇਰੀ ਮਾਂ ਜਿਹੜੀ ਆ ਉਹ ਬਿਮਾਰ ਰਹਿੰਦੀ ਸੀ, ਅਤੇ ਮੇਰੇ ਪਿਤਾ ਬਲਦੇਵ ਸਿੰਘ ਉਸਦਾ ਇਲਾਜ ਨਹੀਂ ਕਰਵਾਉਂਦੇ, ਜੋ ਉਹ ਇਲਾਜ ਕਰਵਾਉਣ ਵਾਸਤੇ ਆਪਣੇ ਪਿੰਡ ਪੇਕੇ ਪਿੰਡ ਮਲੋਟ ਚਲੀ ਗਈ ਆ, ਅਤੇ ਜਿਹੜਾ ਆਪਣਾ ਮੈਂ ਜਿਹੜਾ ਲੁਧਿਆਣੇ ਜੋਬ ਵਾਸਤੇ ਗਈ ਸੀ ਅਤੇ ਮੈਂ ਆਪਣੇ ਘਰ ਠੀਕ ਠਾਕ ਆ ਗਈ ਹਾਂ, ਅਤੇ ਜਿਹੜੀ ਉਸਦੀ ਮਾਂ ਵਾ ਉਸਦੀ ਵੀ ਭਾਲ ਕੀਤੀ ਜਾ ਰਹੀ ਆ, ਉਸ ਨੂੰ ਵੀ ਜਲਦੀ ਲੱਭ ਕੇ ਅਤੇ ਵਾਰਸਾਂ ਵਾਲੇ ਕੀਤਾ ਜਾਏਗਾ।